ਪਿਆਰੀ ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ 7ਵੀਂ ਕਲਾਸ ਦੇ ਮੈਥ ਵਿਸ਼ੇ ਦੇ ਪੇਪਰ ਨੂੰ ਹੱਲ ਕਰਾਂਗੇ ਜੀ ਤੇ ਜਲਦੀ ਹੀ ਤੁਹਾਨੂੰ ਸਾਰੇ ਵਿਸ਼ਿਆਂ ਦੇ ਸੌਲਟ ਸੈਂਪਲ ਪੇਪਰ ਇਸ ਚੈਨਲ ਤੇ ਮਿਲ ਜਾਣਗੇ ਇਸ ਲਈ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਣਾ ਤਾਂ ਜੋ ਮੇਰੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹੁਣ ਆਓ ਹੁਣ ਆਪਾਂ ਪੇਪਰ ਨੂੰ ਹੱਲ ਕਰਦੇ ਹਾਂ ਜੀ ਪੇਪਰ ਦਾ ਸਮਾਂ ਹੋਏਗਾ ਜੀ ਆਪਣੇ ਕੋ ਡੇਢ ਘੰਟਾ ਤੇ ਕੁੱਲ ਅੰਖਾਂ ਜੀ ਪੇਪਰ ਦੇ 40 ਤੇ ਆਪਾਂ ਪਹਿਲਾ ਪ੍ਰਸ਼ਨ ਸੋਲਵ ਕਰਦੇ ਹਾਂ ਜੀ ਪਹਿਲੇ ਪ੍ਰਸ਼ਨ ਵਿੱਚ ਹੈ ਜੀ ਇੱਕ ਤ੍ਰਿਭੁਜ ਦੇ ਦੋ ਡੈਸ਼ ਹੋ ਸਕਦੇ ਹਨ ਤੇ ਇੱਕ ਤ੍ਰਿਭੁਜ ਵਿੱਚ نیچے ਚਾਰ ਆਪਸ਼ਨ ਦਿੱਤੀਆਂ ਹਨ ਕਿਸ ਤਰ੍ਹਾਂ ਦੇ ਕੋਣ ਹਨ ਜੋ ਦੋ ਹੋ ਸਕਦੇ ਹਨ ਤੇ ਉਹ ਹਨ ਜੀ न्यून कोण न्यून कोण ਕਿਹੜੇ ਹੁੰਦੇ ਹਨ ਜੋ 90 ਤੋਂ ਛੋਟੇ ਹੁੰਦੇ ਹਨ ਜੀ ਦੂਸਰਾ ਹੈ ਜੀ ਹੇਠਾਂ ਦਿੱਤੀਆਂ ਕੋਣਾਂ ਦੇ ਕਿਹੜੇ ਮਾਪਾਂ ਨਾਲ ਤਿਕੋਣ ਸੰਭਵ ਹੈ ਤੇ ਕੋਣ ਸੁਣ ਉੱਥੇ ਹੀ ਸੰਭਵ ਹੁੰਦੀ ਹੈ ਜਿਸ ਦਾ ਜੋੜ ਆਪਣੇ ਕੋ 180 ਆਵੇ ਕਿਉਂਕਿ ਤ੍ਰਿਪੂਜ ਦੇ ਤਿੰਨੇ ਅੰਦਰਲੇ ਕੋਣਾਂ ਦਾ ਜੋੜ 180 ਹੁੰਦਾ ਹੈ ਤੇ ਇਸ ਲਈ ਇਹਨਾਂ ਵਿੱਚ ਦੇਖਣਾ ਹੈ ਕਿਸ ਦਾ ਜੋੜ 180 ਹੈ ਤੇ ਉਹ ਆਪਾਂ ਨਜ਼ਰ ਆ ਰਿਹਾ ਹੈ ਕਿ ਏ ਆਪਸ਼ਨ ਵਿੱਚ ਤਿੰਨੇ ਹੀ ਜੋ ਕੋਣ ਹਨ ਉਹਨਾਂ ਦਾ ਜੋੜ 180 ਆਏਗਾ ਜੀ ਤੀਸਰਾ ਹੈ ਜੀ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਰਬੰਗ ਸਮਤਾ ਦਾ ਨਿਯਮ ਨਹੀਂ ਹੈ ਤੇ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ ਇਹਨਾਂ ਵਿੱਚੋਂ ਦੇਖੋ ਕਿਹੜਾ ਸਰਬੰਗ ਸਮਤਾ ਦਾ ਨਿਯਮ ਨਹੀਂ ਹੈ ਤੇ ਉਹ ਹੈ ਜੀ ਚੌਥਾ ਏ ਏ ਏ ਕੋਣ 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 ਜੋ ਹੈ ਉਹ ਸਰਬੰਗ ਸਮਤਾ ਦਾ ਨਿਯਮ ਨਹੀਂ ਹੁੰਦਾ ਹੈ ਜੀ ਚੌਥਾ ਕੁਐਸਚਨ ਆਪਣੇ ਕੋਲ ਹੈ ਜੀ ਦੋ ਆਪਣੇ ਕੋਲ ਤ੍ਰਿਪੂਜਾ ਦਿੱਤੀਆਂ ਹੋਣੀਆਂ ਹਨ ਸਰਬੰਗ ਸਮ ਦਿੱਤੀਆਂ ਹੋਈਆਂ ਹਨ ਤੇ ਆਪਾਂ ਸਹੀ ਕਥਨ ਦੀ ਚੋਣ ਕਰਨੀ ਹੈ ਤੇ ਆਪਾਂ ਦੇਖਣਾ ਹੈ ਜੋ A ਦੇ ਸੰਗਤ ਕੋਣ ਕਿਹੜਾ ਹੈ ਤੇ ਦੇਖੋ A ਦੇ ਸੰਗਤ ਕੋਣ ਪਹਿਲਾ ਕਿਹੜਾ ਆ ਰਿਹਾ ਹੈ ਕਿਉਂਕਿ ਇਧਰੋਂ A ਪਹਿਲਾ ਹੈ ਦੂਸਰੇ ਪਾਸੇ P ਪਹਿਲਾ ਹੈ ਇਟ ਮੀਨ A ਦੇ ਸੰਗਤ P ਕੋਣ ਆ ਰਿਹਾ ਹੈ ਇਟ ਮੀਨ C ਆਪਸ਼ਨ ਆਪਣੇ ਕੋਲ ਸਹੀ ਹੈ ਜੀ ਸੋ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਇਸ ਦਾ ਪੰਜਵਾਂ ਪਾਰਟ ਇੱਕ ਪਦ ਵਾਲੇ ਵਿਅੰਜਕ ਨੂੰ ਕਹਿੰਦੇ ਹਨ ਉਸ ਨੂੰ ਕਿਹਾ ਜਾਂਦਾ ਹੈ ਜੀ ਇਕਪਦੀ ਇਸੇ ਤਰ੍ਹਾਂ ਨੈਕਸਟ ਕੁਐਸਚਨ ਹੈ ਜੀ ਪਦਾਂ ਨੂੰ ਜੋੜ ਕੇ ਕੀ ਬਣਦੇ ਹਨ ਤੇ ਉਹ ਬਣਦੇ ਹਨ ਜੀ ਵਿਅੰਜਕ ਨੈਕਸਟ ਹੈ -5/8 ਘਟਾਓ 5/8 ਦੀ ਘਾਤ 0 ਹੈ ਅਗਰ ਕਿਸੇ ਦੇ ਵੀ ਘਾਤ 0 ਹੋਵੇ ਤਾਂ ਕਿਸ ਦੇ ਬਰਾਬਰ ਹੁੰਦਾ ਹੈ ਜੀ ਉਹ 1 ਦੇ ਬਰਾਬਰ ਹੁੰਦਾ ਹੈ ਏਟ ਮੀਨ ਬੀ ਆਪਸ਼ਨ ਆ ਜਾਏਗੀ ਜੀ ਚੌਥਾ ਹੈ ਜੀ 5 ਦੀ ਘਾਤ 2 ਉੱਪਰ ਘਾਤ 3 ਤੇ ਘਾਤਾਂ ਆਪਸ ਵਿੱਚ ਕੀ ਹੋ ਜਾਂਦੀਆਂ ਹਨ ਗੁਣਾ ਹੋ ਜਾਂਦੀਆਂ ਹਨ 2 ਨੂੰ 3 ਦੇ ਨਾਲ ਗੁਣਾ ਕਰਾਂਗੇ ਤੇ 6 ਇਟ ਮੀਨ 5 ਦੀ ਘਾਤ 6 ਆ ਜਾਏਗੀ ਇਟ ਮੀਨ ਜੋ A ਆਪਸ਼ਨ ਉਹ ਬਿਲਕੁਲ ਸਹੀ ਆਪਸ਼ਨ ਹੈ ਜੀ ਸੋ ਨੈਕਸਟ ਸਟੈਪ ਨੇ ਕੋ ਹੈ ਜੀ ਸਹੀ ਗਲਤ ਵਾਲੇ ਕੁਸ਼ਚਨ ਆ ਗਏ ਹਨ ਜੀ ਦੂਸਰਾ ਕੁਸ਼ਚਨ ਹੈ ਸਹੀ ਗਲਤ ਵਾਲਾ ਪਹਿਲਾ ਪਾਰਟ ਇਸ ਦਾ ਹੈ ਜੀ ਜੇਕਰ A ਕੋਈ ਗੈਰ ਜ਼ੀਰੋ ਪਰਮੇਸ਼ ਸੰਖਿਆ ਹੈ ਤਾਂ A ਦੀ ਘਾਤ 0 1 ਦੇ ਬਰਾਬਰ ਹੋਏਗਾ ਇਹ ਬਿਲਕੁਲ ਸਹੀ ਹੈ ਜੀ दूसरा है ए ते बी का जोड़फल ए प्लस बी दे बराबर होंगे है भी बिल्कुल सही ऑप्शन है जी सही अपने को आ जाएगा यह वाला स्टेटमेंट तीसरा है त्रिभुज के अंदरले तिना कोणों का जोड़ एक सौ अस्सी डिग्री होंगे है इस बिल्कुल सही है जी तो चौथा अपने को है एस ए एस, एस ते ए एस सरबंधत समता जो नियम हैं वह एक ही हैं तो इस रून अपने को गलत है दोनों ही नियम अलग अलग होंगे हैं जी तो नैक्सट हूँ अपने को देखो की है जी खाली था भरो ਤੇ ਖਾਲੀ ਥਾਂਵਾਂ ਪਰੋ ਦੇ ਵਿੱਚ ਦੇਖੋ ਪਹਿਲਾ ਆਪਣੇ ਕੋ ਹੈ ਜੀ ਤ੍ਰਿਭੁਜ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹਨ ਇਸ ਲਈ ਇਹ ਡੈਸ਼ ਤ੍ਰਿਭੁਜ ਹੈ ਕਿਸ ਤਰ੍ਹਾਂ ਦੀ ਤ੍ਰਿਭੁਜ ਹੋਏਗੀ ਜੀ ਇਹ ਹੋਏਗੀ ਸਮਪੁਜੀ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਜੀ ਦੂਸਰਾ ਹੈ ਸਮਦੋਪੁਜੀ ਦੇ ਡੈਸ਼ ਕੋਣ ਬਰਾਬਰ ਹੁੰਦੇ ਹਨ ਤਾਂ ਸਮਦੋਪੁਜੀ ਤਾਂ ਨਾਮ ਤੋਂ ਹੀ ਪਤਾ ਹੈ ਦੋ ਪੁਜੀ ਦੋ ਭੁਜਾਵਾਂ ਇਸ ਦੀਆਂ ਬਰਾਬਰ ਹੋਣਗੀਆਂ ਇਟ ਮੀਨ ਇਹਦੀ ਆਪਸ਼ਨ ਆ ਜਾਏਗੀ ਦੋ ਨੈਕਸਟ ਹੈ ਜੀ ਆਪਣੇ ਕੋ ਸਤ ਐਕਸ ਜਮਾ ਤਿੰਨ ਵਾਈ ਜੋ ਬਿਆਨਜਕ ਹੈ ਉਸ ਨੂੰ ਡੈਸ਼ ਪਦੀ ਬਿਆਨਜਕ ਕਿਹਾ ਜਾਂਦਾ ਹੈ ਦੇਖੋ ਕਿੰਨੇ ਪਦ ਹਨ ਜੀ ਇਸ ਦੇ ਵਿੱਚ ਇੱਕ ਸਤ ਐਕਸ ਪਦ ਹੈ ਦੂਸਰਾ ਆਪਣੇ ਕੋ ਤਿੰਨ ਵਾਈ ਦੋ ਪਦ ਹਾਂ ਤੇ ਇਟ ਮੀਨ ਇਹ ਆਪਣੇ ਕੋ ਦੋ ਪਦੀ ਆ ਜਾਏਗਾ ਜੀ ਨੈਕਸਟ ਹੈ ਆਪਣੇ ਕੋ ਘਟਾਓ ਇੱਕ ਦੀ ਘਾਤ ਆਪਣੇ ਕੋ ਢਾਂਕ ਸੰਖਿਆ ਲਿਖਿਆ ਹੈ ਤੇ ਜਦੋਂ ਵੀ ਘਟਾਓ ਇੱਕ ਦੀ ਘਾਤ ਜੋ ਹੈ ਢਾਂਕ ਸੰਖਿਆ ਹੁੰਦੀ ਹੈ ਉਸ ਦਾ ਆਨਸਰ ਹਮੇਸ਼ਾ ਕੀ ਆਉਂਦਾ ਹੈ ਘਟਾਓ ਇੱਕ ਆਉਂਦਾ ਇਟ ਮੀਨ ਪਹਿਲੀ ਬੜੀ ਆਪਸ਼ਨ ਆਪਣੇ ਕੋ ਸਹੀ ਆ ਜਾਏਗੀ ਜੀ ਤੇ ਆ ਹੁਣ ਆਪਾਂ ਅਗਲੇ ਪਾਰਟ ਦੇਖਦੇ ਹਾਂ ਜੀ ਭਾਗ ਏਡਾ ਨੂੰ ਸੋਲਵ ਕਰਦੇ ਹਾਂ ਜੀ ਭਾਗ ਏਡ ਦੇ ਵਿੱਚ ਪਹਿਲਾ ਕੁਸ਼ਚਨ ਆਪਣੇ ਕੋ ਹੈ ਦਿੱਤੇ ਚਿੱਤਰ ਵਿੱਚ ਐਕਸ ਦਾ ਮੁੱਲ ਪਤਾ ਕਰੋ ਇਸ ਚਿੱਤਰ ਦੇ ਵਿੱਚ ਦੇਖੋ ਆਪਾਂ ਐਕਸ ਦਾ ਮੁੱਲ ਪਤਾ ਕਰਨਾ ਹੈ ਜੀ ਤੇ ਇਹ ਦੇਖੋ ਆਪਾਂ ਨੂੰ ਪਤਾ ਹੈ ਕਿ ਤ੍ਰਿਭੁਜ ਦੇ ਅੰਦਰਲੇ ਤਿੰਨਾ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਇਟ ਮੀਨ ਐਕਸ ਜਮਾ 53 ਜਮਾ 60 ਤਿੰਨੇ ਹੀ ਕੋਣਾਂ ਨੂੰ ਜੋੜ ਕੇ ਆਪਣੇ ਕੋ ਕਿੰਨਾ ਆ ਜਾਏਗਾ 100 80 ਡਿਗਰੀ ਤੇ ਇਹ ਦੇਖੋ x 53 ਤੇ 60 113 ਆ ਜਾਣਗੇ ਜੀ 180 ਇੱਥੇ ਹੁਣ x ਕਿਦਾਂ ਕਰਨਾ ਹੈ 180 ਦੇ ਵਿੱਚੋਂ ਆਪਾਂ 113 ਨੂੰ ਘਟਾ ਦੇਣਾ ਹੈ ਤੇ x ਤੁਹਾਨੂੰ ਆਪਣੇ ਕੋ ਆ ਜਾਏਗਾ ਜੀ 77 ਡਿਗਰੀ ਈਟ ਮੀਨ ਪਹਿਲੇ ਵਿੱਚ ਆਪਣੇ ਕੋ x ਦਾ ਮੁੱਲ ਕਿੰਨਾ ਆ ਜਾਏਗਾ ਜੀ 77 ਡਿਗਰੀ ਆ ਜਾਏਗਾ ਜੀ ਇਸੇ ਤਰ੍ਹਾਂ ਦੂਸਰਾ ਪਾਰਟ ਇਸ ਦਾ ਸੋਲਵ ਕਰਦੇ ਹਾਂ ਜੀ ਪ੍ਰਸ਼ਨ ਨੰਬਰ 5 ਇਸਦੇ ਵਿੱਚ ਵੀ ਹੈ ਕਿ ਦਿੱਤੇ ਚਿੱਤਰ ਵਿੱਚ x ਦਾ ਮੁੱਲ ਪਤਾ ਕਰਨਾ ਹੈ a ਵਾਲੀ ਜੋ ਡਾਇਗਰਾਮ ਹੈ ਇਸਦੇ ਵਿੱਚ ਆਪਾਂ x ਦਾ ਮੁੱਲ ਪਤਾ ਕਰਨਾ ਹੈ ਤੇ ਸਟੂਡੈਂਟ x ਕੀ ਹੈ ਜੋ ਇਸ ਤ੍ਰਿਪੂਜ ਦਾ ਬਾਹਰੀ ਕੋਣ ਹੈ ਤੇ ਬਾਹਰੀ ਕੋਣ ਕਿਸ ਦੇ ਬਰਾਬਰ ਹੁੰਦਾ ਹੈ ਅੰਦਰਲੇ ਦੋ ਸੰਮੁਖ ਜੋ ਕੋਣ ਹਨ ਉਹਨਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ਤੇ ਸੰਮੁਖ ਅੰਦਰਲੇ ਕੋਣ ਕਿਹੜੇ ਹਨ ਜੀ ਇਸਦੇ ਦੋ 40 ਅਤੇ 100 ਇਟ ਮੀਨ 100 40 ਦੇ ਬਰਾਬਰ ਆ ਜਾਏਗਾ ਆਪਣੇ ਕੋ ਜੋ x ਹੈ ਤੇ 100 ਨੂੰ 40 ਵਿੱਚ ਜੋੜਾਂਗੇ ਤੇ ਇਸ ਨੂੰ ਆਪਣੇ ਕੋਲ ਆ ਜਾਏਗਾ 140 ੀਟ ਮੀਨ ਐਕਸ ਜਾ ਕੇ ਨਾਮੂਲ ਆ ਜਾਏਗਾ ਜੀ 140 ਡਿਗਰੀ ਆ ਜਾਏਗਾ ਜੀ ਸੋ ਨੈਕਸਟ ਦੇਖੋ ਜੀ ਆਪਣੇ ਕੋ ਕੀ ਹੈ ਪ੍ਰਸ਼ਨ ਨੰਬਰ 6 ਇਹ ਦੋ ਆਪਾਂ ਨੂੰ ਤ੍ਰਿਪੂਜ ਦਿੱਤੀਆਂ ਹੋਈਆਂ ਹਨ ਉਪਰੋਕਤ ਚਿੱਤਰ ਪਛਾਣੋ ਅਤੇ ਇਸ ਨੂੰ ਸਰਬੰਗ ਸਮਤਾ ਦੇ ਨਿਯਮ ਅਨੁਸਾਰ ਲਿਖੋ ਤਾਂ ਉਪਰੋਕਤ ਚਿੱਤਰ ਆਪਣੇ ਕੋ ਕਿਸ ਦੇ ਹਨ ਜੀ ਤ੍ਰਿਪੂਜ ਦੇ ਇਹ ਦੋਨੇ ਹੀ ਆਪਣੇ ਕੋ ਤ੍ਰਿਪੂਜਾਂ ਹਨ ਜੀ ਇਨਨ ਹੁਣ ਆਪਾਂ ਸਰਬੰਗ ਸੰਪਤਾ ਦੇ ਚਿੰਨ੍ਹ ਅਨੁਸਾਰ ਲਿਖਣਾ ਹੈ ਤੇ ਇੱਥੇ ਦੇਖੋ ਆਪਣੇ ਕੋ ਪਹਿਲੇ ਵਿੱਚ ਆਪਾਂ ਲਿਖ ਲਏ ਨੇ ਹਨ ਜੋ ਤ੍ਰਿਪੂਜ ਹੈ ਉਹ x y z ਲਿਖ ਲਈ ਹੈ ਜੀ x ਫਿਰ ਆਪਾਂ y ਵਾਲ ਆ ਗਏ ਆਂ ਫਿਰ ਆਪਾਂ z ਵਾਲ ਦੇਖੋ ਪਹਿਲਾਂ ਸਿੰਗਲ ਲਾਈਨ ਫਿਰ ਆਪਾਂ ਡਬਲ ਲਾਈਨ ਵਾਲ ਆ ਗਏ ਆਂ ਤੇ ਇਸੇ ਤਰ੍ਹਾਂ ਇੱਥੋਂ ਦੇਖੋ ਪਹਿਲਾਂ ਆਪਾਂ ਸਿੰਗਲ ਲਾਈਨ ਵੱਲ ਜਾਣਾ ਹੈ ਸਿੰਗਲ ਵਾਲ ਲਾਈਨ ਵੱਲ ਹੈ ਕਿ q p ਤੇ ਇਟ ਮੀਨ ਇਹ ਕਿਸ ਦੇ ਸਰਬੰਗ ਸੰਮ ਆ ਜਾਏਗਾ ਜੀ ਕਿ ਜੋ ਤ੍ਰਿਪੂਜ ਆ ਜਾਏਗੀ q p ਇਸ ਨਾਮ ਦੁਆਰਾ ਲਿਖ ਦਿਨਾ ਹਾਂ ਦੇਖੋ ਇਹ ਆਪਣੇ ਕੋ ਤ੍ਰਿਭੁਜ ਆ ਜਾਏਗੀ q p r ਤੇ ਇਸ ਦਾ ਆਪਣੇ ਕੋ ਆਨਸਰ ਆ ਜਾਏਗਾ ਜੀ ਨੈਕਸਟ ਆਪਣੇ ਕੋ ਹੈ ਜੀ বীজ ਗਣਿਤਿਕ ਬਿਆਨਜਕ ਲਿਖੋ ਸੰਖਿਆ z ਨੂੰ ਆਪਣੇ ਆਪ ਦੇ ਨਾਲ ਗੁਣਾ ਕੀਤਾ ਜਾਣਾ ਹੈ ਜੀ ਤੇ z ਨੂੰ z ਦੇ ਨਾਲ ਗੁਣਾ ਕਰਾਂਗੇ ਤੇ ਇਸ ਨੂੰਰ ਆਪਣੇ ਕੋ ਆ ਜਾਏਗਾ z ਦੀ ਘਾਤ 2 ਆ ਜਾਏਗਾ ਜੀ ਨੈਕਸਟ ਥਰਡ ਆਪਣੇ ਕੋ ਹੈ ਜੀ ਬੀਜ ਗਣਿਤਿਕ ਜੋ ਵਿਅੰਜਕ ਹੈ ਇਹਨਾਂ ਨੂੰ ਆਪਾਂ ਕੀ ਕਰਨਾ ਹੈ ਜੋੜផល ਇਹਨਾਂ ਦਾ ਪਤਾ ਕਰਨਾ ਹੈ ਜੀ ਦੇਖੋ ਬੀਜ ਗਣਿਤਿਕ ਵਿਅੰਜਕ ਜੋ ਹੈ 3x ਦੀ 3xy ਦੀ ਘਾਤ 2 ਤੇ 7xy ਦੀ ਘਾਤ ਦਾ ਆਪਾਂ ਜੋੜ ਪਤਾ ਕਰਨਾ ਹੈ ਜੀ 3xy ਦੀ ਘਾਤ 2 7xy ਦੀ ਘਾਤ 2 ਤੇ ਇਹਨਾਂ ਨੂੰ ਸੋਨ ਜਦੋਂ ਆਪਾਂ ਜੋੜਨਾ ਹੈ ਤੇ ਇਹ ਆਪਣੇ ਕੋ ਆ ਜਾਏਗਾ 10xy ਦੀ ਘਾਤ 2 ਕਿਉਂਕਿ ਇਹ ਦੋਨੋਂ ਹੀ ਸਮਾਨ ਪਦ ਹਨ ਸਮਾਨ ਪਦ ਜਿਨ੍ਹਾਂ ਦੇ ਵਿੱਚ ਜੋ ਇੰਗਲਿਸ਼ ਅਲਫਾਬੈਟ ਹੁੰਦੇ ਹਨ ਉਹ ਸੇਮ ਹੋਣ ਆਪਣੇ ਕੋਲ ਜਦਾਂ xy ਦੀ ਘਾਤ 2 xy ਦੀ ਘਾਤ 2 ਇਹਨਾਂ ਨੂੰ ਆਪਾਂ ਜੋੜ ਸਕਦੇ ਹਾਂ ਤਿੰਨ ਦੇ ਵਿੱਚ ਆਪਾਂ 7 ਨੂੰ ਜੋੜਾਂਗੇ ਤੇ ਇਸ ਨੂੰ ਆਪਣੇ ਕੋਲ 10 ਆ ਜਾਏਗਾ 10xy ਦੀ ਘਾਤ 2 ਆ ਜਾਏਗਾ ਜੀ ਸੋ ਨੈਕਸਟ ਆਪਣੇ ਕੋ ਹੈ ਜੀ जेकर एक्स एक दे बराबर है तो तीन एक्स जमा सत्त व्यंजक का अपना मूल पता करना है जी देखो तीन एक्स जमा सत्त तीन इतने एक्स की जगह तो इसका मूल पता कर भर देना है एक्स का मूल अपने को है। ते एक है तो ये एक भर देना आप तीनों एक ना गुणा करा तीन आ जाएगा जमा सत्त सत्त जमा तीन सुन अपने को इसका आंसर आ जाएगा जी दस दे बराबर इसका आंसर आ जाएगा जी सो नैक्सट अपने को देखो कि है जी दसवें क्वेश्चन 10ਵੇਂ ਕੁਸ਼ਦੰਦ ਵਿੱਚ ਹੈ ਆਪਾਂ ਨੂੰ ਇੱਕ ਵਿਅੰਜਕ ਲਿਖਿਆ ਹੋਇਆ ਹੈ 3 ਦੀ ਘਾਤ 7 ਤੇ ਇੱਥੇ ਆਧਾਰ ਆਪਣੇ ਕੋ ਕੀ ਹੈ ਜੀ ਆਧਾਰ ਨੀਚੇ ਵਾਲਾ ਨੰਬਰ 3 ਹੈ ਤਾਂ ਜੋ ਘਾਤ ਅੰਕ ਹੈ ਘਾਤ ਅੰਕ ਆਪਣੇ ਕੋ ਉੱਪਰ ਵਾਲਾ ਨੰਬਰ 7 ਦੇ इक्वल ਆ ਜਾਏਗਾ ਜੀ ਨੈਕਸਟ ਹੈ ਜੀ 11ਵਾਂ ਪ੍ਰਸ਼ਨ ਹੇਠ ਦਿੱਤਿਆਂ ਨੂੰ ਸਰਲ ਕਰਨਾ ਹੈ 3 ਦੀ ਘਾਤ 0 ਗੁਣਾ 4 ਦੀ ਘਾਤ 0 ਤੇ ਗੁਣਾ 5 ਦੀ ਘਾਤ 0 ਤੇ ਕਿਸੇ ਦੀ ਵੀ ਘਾਤ 0 ਹੋਵੇ ਸੋ ਉਹ ਕਿਸੇ ਦਿੱਕਲ ਤੋਂ ਹੁੰਦਾ 1 ਦੇ ਇਕੁਅਲ 1 1 1 ਤੇ ਤੇ ਇੱਕ ਨੂੰ ਇੱਕ ਨਾਲ ਜਿੰਨੀ ਵਾਰੀ ਮਰਜ਼ੀ ਗੁਣਾ ਕਰ ਲਓ ਹਮੇਸ਼ਾ ਆਨਸਰ 1 ਹੀ ਆਏਗਾ ਇਟ ਮੀਨ ਇਸ ਦਾ ਆਨਸਰ ਆਪਣੇ ਕੋਲ ਆ ਜਾਏਗਾ 1 ਦੇ ਬਰਾਬਰ ਜੀ ਸੋ ਅਗਲਾ ਕੁਸ਼ਣ ਦੇਖੋ ਜੀ ਆਪਣੇ ਕੋਲ ਕੀ ਹੈ ਭਾਗ ED ਤ੍ਰਿਭੁਜ ABC ਦੀ ਆਪਾਂ ਰਚਨਾ ਕਰਨੀ ਹੈ ਜਿਸ ਵਿੱਚ AB ਆਪਣੇ ਕੋਲ 4 ਸੈਂਟੀਮੀਟਰ ਹੈ BC 5 ਸੈਂਟੀਮੀਟਰ ਹੈ ਤੇ CA ਜੋ ਹੈ AC ਹੈ ਉਹ 7 ਸੈਂਟੀਮੀਟਰ ਹੈ ਤੇ ਇਸ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਦੇਖੋ ਆਪਾਂ ਜੋ AB ਹੈ 4 ਸੈਂਟੀਮੀਟਰ O ਸਕੇਲ ਦੇ ਨਾਲ ਇੱਥੇ ਆਪਾਂ ਲਗਾ ਲੈਣਾ ਹੈ 4 ਸੈਂਟੀਮੀਟਰ ਜੀ AB ਤੁਸੀਂ ਸਕੇਲ ਦੇ ਨਾਲ ਮਿਨ ਕੇ ਇੱਥੇ 4 ਸੈਂਟੀਮੀਟਰ ਲਗਾ ਲੈਣਾ ਹੈ ਫਿਰ ਅਗਲਾ ਪਤਾ ਕਰਨਾ ਹੈ ਆਪਾਂ BC BC ਦਾ ਮਤਲਬ ਹੈ ਆਪਾਂ B ਤੇ ਕੰਪਸ ਨੂੰ ਰੱਖਣਾ ਹੈ ਤੇ 5 ਸੈਂਟੀਮੀਟਰ ਦੀ ਆਕ ਲਗਾਨੀ ਹੈ ਇਸ ਜਗ੍ਹਾ ਤੇ ਆਪਾਂ ਕੰਪਸ ਨੂੰ ਰੱਖ ਲੈਣਾ ਹੈ ਕੰਪਸ ਖੋਲ ਕੇ ਆਪਾਂ ਉੱਪਰ 5 ਸੈਂਟੀਮੀਟਰ ਦੀ ਆਕ ਇਸ ਤਰ੍ਹਾਂ ਲਗਾ ਦੇਣੀ ਹੈ ਜੀ ਇਸੇ ਤਰ੍ਹਾਂ ਅਗਲਾ ਹੈ ਜੀ ਏਸੀ ਇਸ ਦਾ ਮਤਲਬ ਇਸ ਜਗ੍ਹਾ ਆਪਾਂ ਏ ਤੇ ਕੰਪਾਸ ਰੱਖਣੀ ਹੈ ਏ ਤੇ ਕੰਪਾਸ ਰੱਖਾਂਗੇ ਤੇ 7 ਸੈਂਟੀਮੀਟਰ ਦੀ ਆਕ ਲਗਾ ਦਾਂਗੇ ਤੇ ਜੋ ਪਹਿਲੀ ਆਕ ਲੱਗੀ ਹੋਈ ਹੈ ਇਹ ਵੱਡੀ ਆਕ ਇਸ ਨੂੰ ਆਪਾਂ ਦੇਖਣਾ ਹੈ ਕਿ ਕਿੱਥੇ ਕੱਟਦੀ ਹੈ ਏ ਤੇ ਆਪਾਂ ਹੁਣ ਕੰਪਾਸ ਰੱਖ ਲੈਣੀ ਹੈ ਏ ਨੂੰ ਏ ਤੇ ਕੰਪਾਸ ਰੱਖ ਕੇ ਜੋ ਪਹਿਲੀ ਆਕ ਲੱਗੀ ਹੋਈ ਹੈ ਉਸ ਨੂੰ ਆਪਾਂ ਇਸ ਤਰ੍ਹਾਂ ਕੱਟ ਦੇਣਾ ਹੈ ਜੀ ਤੇ ਜਿੱਥੇ ਹੀ ਦੋਨੋਂ ਆਕਸ ਆਪਸ ਵਿੱਚ ਕੱਟਣ ਗਈਆਂ ਉਹ ਸੁਣ ਆਪਣੇ ਜੋ ਪੁਆਇੰਟ ਹੈ ਉਹ ਆ ਜਾਏਗਾ ਸੀ ਪੁਆਇੰਟ ਹੁਣ ਆਪਾਂ A ਨੂੰ C ਦੇ ਨਾਲ ਸਕੇਲ ਰੱਖ ਕੇ ਤੇ B ਨੂੰ C ਦੇ ਨਾਲ ਸਕੇਲ ਰੱਖ ਕੇ ਆਪਾਂ ਇਸ ਤਰ੍ਹਾਂ ਜੋੜ ਦੇਣਾ ਹੈ ਤੇ ਇਸ ਤਰ੍ਹਾਂ ਆਪਣੇ ਕੋ ਆ ਗਈ ਹੈ ਜੀ ट्रायंगल ਜਿਸ ਦੀ ਆਪਾਂ ਰਚਨਾ ਕਰਨੀ ਸੀ ਸੀ ਤੇ ਇਸ ਤੋਂ ਅਗਲਾ ਕੁਸ਼ਣ ਆਪਣੇ ਕੋ ਇਸ ਤਰ੍ਹਾਂ ਹੈ ਜੀ ਇਸ ਦੇ ਵਿੱਚ ਵੀ ਆਪਾਂ ਇੱਕ ਤ੍ਰਿਪੂਜ ABC ਦੀ ਆਪਾਂ ਰਚਨਾ ਕਰਨੀ ਹੈ ਜੀ ਜਿਸ ਵਿੱਚ AB 4 ਸੈਂਟੀਮੀਟਰ ਹੈ B ਤੇ ਆਪਾਂ ਨੂੰ ਕੋਣ ਦਿੱਤਾ ਹੋਇਆ ਹੈ 30 ਡਿਗਰੀ ਤੇ BC ਆਪਣੇ ਕੋ 4 ਸੈਂਟੀਮੀਟਰ ਹੈ ਜੀ तो सब तो पहला देखो आप बेस लगाना है आधार चार ए बी जो है लगा देना है स्केल आप चार सेंटीमीटर ये अपने को ए बी आ जाएगा चार सेंटीमीटर हूँ देखो बीते कि कोण है तीह डिग्री बीते आपपस के ती डिग्री का कोण बना देना है जी देखो पहला इस तरह करा आप इतने कंपस नाल फिर रख के पहला टिक लगावे वो अपने को सठ डिग्री का आ जाएगा जी ਹੁਣ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਕੰਪਸ ਰੱਖ ਕੇ ਪਹਿਲਾਂ ਇਸ ਜਗ੍ਹਾ ਤੇ ਕੰਪਸ ਰੱਖ ਕੇ ਇੱਥੇ ਇਹ ਫਿਰ ਇਸ ਜਗ੍ਹਾ ਤੇ ਕੰਪਸ ਰੱਖ ਕੇ ਇਸ ਨੂੰ ਆਪਾਂ ਕੱਢ ਦਵਾਂਗੇ ਤੇ ਇਸ ਨੂੰ ਆਪਣੇ ਕੋ ਆ ਜਾਏਗਾ 60 ਦਾ ਅੱਧਾ ਆ ਜਾਏਗਾ 30 ਡਿਗਰੀ ਜੀ ਇਹ ਦੇਖੋ ਹੁਣ ਆਪਣੇ ਕੋ ਕੋਣ ਕਿੰਨਾ ਆ ਚੁੱਕਾ ਹੈ 30 ਡਿਗਰੀ ਤੇ ਹੁਣ ਇਹ ਜੋ ਲਾਈਨ ਹੈ BC ਵਾਲੀ ਲਾਈਨ ਹੈ ਸਟੂਡ ਇਹ ਵਾਲੀ ਜੋ ਲਾਈਨ ਹੈ ਇਸ ਲਾਈਨ ਨੂੰ ਆਪਾਂ ਕਿੰਨਾ ਕੱਟਣਾ ਹੈ ਦੇਖੋ BC ਆਪਾਂ ਨੂੰ ਕਿੰਨਾ ਚਾਹੀਦਾ ਹੈ 4 ਸੈਂਟੀਮੀਟਰ ਤੇ B ਦੇ ਉੱਪਰ ਆਪਾਂ ਕੰਪਸ ਰੱਖ ਲੈਣੀ ਹੈ ਜੀ ਤੇ 4 ਸੈਂਟੀਮੀਟਰ ਖੋਲ ਕੇ ਇਹ ਜੋ ਲਾਈਨ ਹੈ ਇਸ ਨੂੰ ਆਪਾਂ ਕੱਟ ਦੇਣਾ ਹੈ ਤੇ ਮੰਨ ਲਓ ਕਿ ਇਹ ਲਾਈਨ ਆਪਣੇ ਕੋਲ 4 ਸੈਂਟੀਮੀਟਰ ਇੱਥੇ ਜਗ੍ਹਾ ਤੇ ਕੱਟ ਗਈ ਹੈ ਜੀ ਤੇ ਇਸ ਨੂੰ ਆਪਣੇ ਕੋਲ ਜੋ ਪੁਆਇੰਟ ਹੈ ਹੋ ਜਾਏਗਾ ਸੀ ਤੇ ਆਪਾਂ A ਨੂੰ C ਦੇ ਨਾਲ ਕੀ ਕਰਨਾ ਹੈ ਜੋੜ ਦੇਣਾ ਹੈ ਤੇ ਇਹ ਆਪਣੇ ਕੋਲ ਸਾਨੂੰ ਟ੍ਰੈਂਗਲ ਬਣ ਜਾਏਗੀ ਜੀ ABC ਤ੍ਰਿਭੁਜ ਦੀ ਰਚਨਾ ਹੋ ਗਈ ਹੈ ਜੀ ਇਸ ਨੂੰ ਆਪਣੇ ਕੋਲ ਹੋਪਸ ਤੁਹਾਨੂੰ ਸਾਰੇ ਹੀ ਜੋ ਕੁਐਸਚਨ ਕਰਵਾਏ ਹਨ ਉਹ ਅੱਛੀ ਤਰ੍ਹਾਂ ਸਮਝ ਲੱਗੇ ਹੋਣਗੇ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜਰੂ ਪ੍ਰੈਸ ਕਰ ਦੇਣਾ ਤੇ ਹੁਣ ਸਪਨ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ